पूरा साल मेहनत करता हूँ आपके लिए बेटा, ऐसा नहीं चलेगा, ऐसा नहीं चलेगा। हाँ जी जनाब, की हाल चाल है? मेरा नाम असावन, तुसी देख रहे हो अपना चैनल मिस्टर सुनील। अज आप पहुंचे हैं जी कार्स नंबर 1 के विच, नाल ने इत्थों दे ओनर। की हाल चाल है भाई? बहुत वधिया भाई, तुसी ते भाई अपना इंट्रो दे दियो। हाँ जी, मैं कार्स नंबर 1 दा ओनर हां जी। नाम मेरा हरकीरत सिंह गरेवाल है। मेरा मोबाइल नंबर 8283061816 है जी। सो कारां दे बारे आपां गल कीती जावे, अपने कोल लाख रुपए दी रेंज तों स्टार्ट हो के 50 लाख तक कार अवेलेबल है। हर गड्डी पसंद आती है, भाई दा नंबर सामने फ्लैश कर रहे, तुसी उत्थे जाके कॉन्टैक्ट कर लियो। बाई चांस अगर तुहानूं कोई होर पसंद आ गड्डी वो इच नहीं हैगी तो तुसी सानूं कॉन्टैक्ट कर लियो, मेरा भी नंबर चल रहा होगा, तुसी मैनूं कॉन्टैक्ट कर लियो, आपां तुहानूं लभ के प्रोवाइड करवा देवांगे। ठीक है जी, करते वीडियो नूं शुरू। देखो जी आई 20 भाजी हुण लाइव बणाउंदे होणी आपां, फर्स्ट ओनर कार आ। ठीक है, पहले नाउ इह वी पहले नाउ कार है, 2018 स्पोर्ट्स दे विच पेट्रोल गड्डी है। ठीक है, ये पेट्रोल है? पेट्रोल है, सारी कार बंपर टू बंपर ओरिजिनल है, लाइट मॉडल आ जाता है i20 दा जी, स्पोर्ट्स वेरिएंट है। ओनर की गल की जाए, जिम्मे थोड़ा दसिया कि पहले ना तो गड्डी है, इंश्योरेंस फुल है कार की, इंटीरियर तुसी चेक कर सकते हो, कार रिकॉर्ड के नाल सिर्फ तो सिर्फ 60,000 किलोमीटर चलती। ओनर फर्स्ट दस ही दिता तुम्हें, ਤੇ ਡਿਮਾਂਡ ਕੀ ਹੋਣ ਵਾਲੀ ਭਾਜੀ ਇਹਦੀ? ਭਾਜੀ ਇਹਦੀ ਸਿਰ ਤੋਂ ਸਿਰ 6.5 ਲੱਖ ਰੁਪਏ ਡਿਮਾਂਡ ਕਰਦੇ ਆ। 6.5 ਤੁਹਾਨੂੰ ਪਤਾ ਔਨ ਟੇਬਲ ਆ ਗਏ, ਮੋਕੇ ਤੇ ਮਾੜਾ ਮੋਟਾ ਮੰਨਦਾ ਹੋ ਜੂ ਹਣਾ। ਬਿਲਕੁਲ ਹੋ ਜਾਂਦਾ। ਫੇਰ ਆਪਣੀ ਹੋਂਡਾ ਸਿਟੀ, ਇਹ ਹੋਂਡਾ ਸਿਟੀ ਆਈਵੀਟੈਕ ਭਾਜੀ, ਵੀ ਵੇਰੀਐਂਟ ਆ ਜਾਂਦਾ ਨਾਮ ਪਹਿਲੇ। ਠੀਕ ਹੈ, ਇੰਸ਼ੋਰੈਂਸ ਫੁੱਲ, ਬੰਪਰ ਟੂ ਬੰਪਰ ਓਰੀਜਨਲ ਕਾਰ ਆ, ਕੰਪਨੀ ਰਿਕਾਰਡ ਦੇ ਨਾਲ ਸਿਰਫ ਤੇ ਸਿਰਫ 68,000 ਕਿਲੋਮੀਟਰ ਚੱਲੀ ਹੈ। ਕਾਰ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ, ਸਾਰੀ ਓਰੀਜਨਲ ਗੱਡੀ। ਚੈੱਕ ਕਰੋ ਗੱਡੀ, ਮੈਨੂਅਲ ਗੱਡੀ ਆ, ਇਹ ਡੀਜ਼ਲ ਆ ਭਾਈ? ਪੈਟਰੋਲ ਭਾਜੀ, ਪੈਟਰੋਲ। ਤੁਹਾਨੂੰ ਲਗਭਗ 4-5 ਕਾਰਾਂ ਇਕੱਠੀਆਂ ਮੈਂ ਪੈਟਰੋਲ ਹੀ ਦਿਖਾ ਰਿਹਾ, ਪੈਟਰੋਲ। ਆਸਕਿੰਗ ਪ੍ਰਾਈਸ ਇਹਦਾ ਭਾਜੀ 7.5 ਲੱਖ ਰੁਪਏ ਰੱਖਿਆ ਹੋਇਆ ਹੈ। 7.5 ਪੁਸ਼ ਬਟਨ ਜੇ ਚ ਆ ਜਾਂਦਾ ਸਾਰੇ ਕੰਟਰੋਲ ਆਉਂਦੇ ਨੇ। ਠੀਕ ਹੈ, ਨਾ ਟੌਪ ਵਾਲਾ, ਇਹ ਬਸ ਸਨਰੂਫ ਨਹੀਂ ਹੈਗੀ? ਸਨਰੂਫ ਨਹੀਂ ਹੈ ਭਾਜੀ, ਠੀਕ ਹੈ, ਬਸ ਸਨਰੂਫ ਤੋਂ ਥੱਲੇ ਵਾਲਾ ਆਪਾਂ ਮਾਡਲ ਕਹਿ ਸਕਦੇ ਹਾਂ, ਬਾਕੀ ਸਾਰੀਆਂ ਚੀਜ਼ਾਂ ਸੇਮ। ਠੀਕ, ਫੇਰ ਆ ਜਾਂਦੀ ਅਮੇਜ਼। ਅਮੇਜ਼ ਭਾਜੀ ਪੈਟਰੋਲ ਵੇਰੀਐਂਟ 2020 ਮਾਡਲ, ਰਜਿਸਟ੍ਰੇਸ਼ਨ 21, ਨਾਮ ਪਹਿਲੇ, ਫੁੱਲ ਇੰਸ਼ੋਰਡ, ਬੰਪਰ ਟੂ ਬੰਪਰ ਓਰੀਜਨਲ, ਸਿਰਫ ਤੇ ਸਿਰਫ 16,000 ਕਿਲੋਮੀਟਰ ਕਾਰ ਚੱਲੀ ਹੈ। ਨੈਕਸਟ ਟੂ ਸ਼ੋਰੂਮ ਗੱਡੀ ਚੱਲੀ ਹੋਈ ਨਹੀਂ, ਚੱਲੀ ਨਹੀਂ, ਸਮਝ ਗੇੜੀ ਮਾਰ ਕੇ ਖੜਾਤੀ ਆ, ਇੰਜਨ ਵੀ ਨਹੀਂ ਲੜਾ ਭਾਜੀ। ਠੀਕ ਆ, ਤੇ ਡਿਮਾਂਡ ਕੀ ਹੋਣ ਵਾਲੀ ਹੈ ਭਾਜੀ ਇਹਦੀ? ਡਿਮਾਂਡ ਭਾਜੀ ਸੇਮ ਸਵਿਫਟ ਉਹਦੇ ਅੰਦਰ ਆਪਾਂ ਦੇ ਦਾਂਗੇ, ਜਿਹੜੀ ਆਪਾਂ ਹੋਂਡਾ ਸਿਟੀ ਦੀ ਮੰਗੀ ਆ, 7.5 ਲੱਖ ਰੁਪਏ ਡਿਮਾਂਡ ਹੈ। 7.5 20 ਮਾਡਲ ਗੱਡੀ ਤੁਹਾਨੂੰ, 7.5 ਲੱਖ 2020 ਮਾਡਲ। ਫਿਰ ਆ ਜਾਂਦੀ ਜੀ ਆਪਣੀ ਬੈਂਟੋ, ਬੈਂਟੋ ਭਾਜੀ ਡੀਜ਼ਲ ਦੇ ਵਿੱਚ ਹੈ, 2018 ਮਾਡਲ, ਨਾਮ ਪਹਿਲੇ, ਚੱਲੀ 70,000, ਨੰਬਰ ਦੇਖੋ ਕਿੰਨਾ ਘੈਂਟ ਹੈ, ਹੋਣਾ ਹੀ ਹੈ ਬਾਈ ਜੀ, ਬੰਪਰ ਟੂ ਬੰਪਰ ਸਾਰੀ ਓਰੀਜਨਲ ਗੱਡੀ ਹੈ ਜੀ, 70,000 ਚੱਲੀ ਹੈ ਜੀ, ਇਹ ਵੀ ਪਹਿਲੇ ਨਾਂ ਤੇ ਹੈ, ਥਰਡ ਪਾਰਟੀ ਇੰਸ਼ੋਰੈਂਸ ਹੈਗੀ ਹੈ ਗੱਡੀ, ਇੰਟੀਰੀਅਰ ਤੁਸੀਂ ਚੈੱਕ ਕਰ ਸਕਦੇ ਹੋ, ਇੰਟੀਰੀਅਰ ਤਾਂ ਸ਼ਾਨਦਾਰ ਹੈ, ਇਹ ਕੋਈ ਬੈਠਾ ਹੀ ਨਹੀਂ ਇਹ 'ਚ, ਆਟੋਮੈਟਿਕ ਆਟੋ ਹਾਈਲਾਈਨ ਪਲੱਸ ਆ ਜਾਂਦੀ ਹੈ ਭਾਜੀ ਇਹਦੇ ਵਿੱਚ। ਠੀਕ ਹੈ, ਤੇ ਡਿਮਾਂਡ ਭਾਈ ਇਕੱਠਾ ਜੇ ਰੱਖਿਆ ਆ, ਵੱਡੀ ਹੰਸੀ ਜਾਣਾ, 7.5 ਲੱਖ ਰੁਪਏ, 7.5 ਚੱਕੋ ਸੇਲ ਲੱਗ ਗਈ ਆ 7.5 ਵਾਲਿਆਂ ਦੀ। ਇਹ ਸਿਆਜ, ਸਿਆਜ ਭਾਜੀ 2016 ZDI ਪੁਸ਼ ਬਟਨ ਵਾਲੀ, ਪਹਿਲੇ ਨਾਮ ਤੇ ਹੈ ਜੀ, ਬੰਪਰ ਟੂ ਬੰਪਰ ਓਰੀਜਨਲ ਕਾਰ, ਸਿਰਫ ਤੇ ਸਿਰਫ 83,000 ਕਿਲੋਮੀਟਰ ਚੱਲੀ ਹੈ, ਜੈਪਨੀਜ਼ ਦੇ ਜੀ ਟਾਇਰ ਪਏ ਹੋਏ ਨੇ ਜੀ। ਠੀਕ ਹੈ, ਜਿਵੇਂ ਆਪਾਂ ਕਹਿ ਰਹੇ 80-90% ਟਾਇਰ ਪੂਰਾ ਖੜਾ ਆ, ਇੰਟੀਰੀਅਰ ਤੁਸੀਂ ਦੇਖ ਸਕਦੇ ਹੋ, ਬਿਲਕੁਲ ਪੁਸ਼ ਬਟਨ ਸਟਾਰਟ ਹੈ ਵੀ, ਬਿਲਕੁਲ ਭਾਜੀ, ਮੈਨੂਅਲ ਗੱਡੀ ਸਾਰੀ ਜੈਨੂਅਲ ਕਾਰ ਤੇ ਸਿਡਾਨ, ਕੀ ਡਿਮਾਂਡ ਹੋਣ ਵਾਲੀ ਭਾਈ? ਭਾਜੀ ਆਪਾਂ ਬਹੁਤ ਜਾਇਜ਼ ਰੱਖੀ ਹੋਈ ਹੈ, 6,15,000 ਰੁਪਏ ਡਿਮਾਂਡ ਹੈ। 6,15,000, ਮੈਨੂੰ ਲੱਗਿਆ ਇਹਦੀ ਵੀ 7.5 ਮੰਗ ਲਓਗੇ, ਇਹ ਤਾਂ ਘਟਾਤਾ ਜੀ। ਫਿਰ ਆਈ ਦੀ ਸਕਾਰਪੀਓ, ਸਾਹਿਬ ਦੀ ਚਹੇਤੀ, ਪੰਜਾਬੀਆਂ ਦੀ ਪਸੰਦ ਵੱਡੀ SUV ਦੇ ਵਿੱਚ, 2015 ਮਾਡਲ, ਨਾਮ ਪਹਿਲੇ, ਫੁੱਲ ਇੰਸ਼ੋਰਡ, ਕਾਰ ਕੰਡੀਸ਼ਨ ਤੁਹਾਡੇ ਸਾਹਮਣੇ ਹੈ, ਇਹਦੇ ਬੰਪਰ ਵਗੈਰਾ ਆਪਾਂ ਮੰਨ ਸਕਦੇ ਹਾਂ ਪੇਂਟ ਹੈਗੇ ਜੀ, ਅਲੋਏ ਟਾਇਰ ਐਕਸਟਰਾ ਪਏ ਹੋਏ ਨੇ ਜੀ, ਗੱਡੀ ਫੁੱਲ ਇੰਸ਼ੋਰਡ ਹੈ, ਲੋਕਲ ਲੁਧਿਆਣਾ ਨੰਬਰ ਆ। ਠੀਕ ਹੈ, ਜੇ ਆਪਾਂ ਜੀ ਡਿਮਾਂਡ ਦੀ ਗੱਲ ਕੀਤੀ ਜਾਵੇ, ਇਹਦੀ ਡਿਮਾਂਡ ਆਪਾਂ ਬਹੁਤ ਜਾਇਜ਼ ਰੱਖੀ ਹੈ ਮਾਰਕੀਟ ਨਾਲੋਂ, ਸਿਰਫ ਦੇ ਸਿਰਫ 9.5 ਲੱਖ ਰੁਪਏ ਡਿਮਾਂਡ ਹੈ, 9.5 ਲੱਖ ਦੀ।
स्कॉर्पियो 2000 ਕਿੰਨਾ ਮਾਡਲ ਸੀਗੀ ਇਹ 2015 S6 Plus ਬਿਲਕੁਲ ਨਾਮ ਪਹਿਲੇ ਫੋਲਨ ਫੋਲਨ ਇਨਸ਼ੋਰ ਹੈ ਪੰਜਾਬ ਦਾ ਨੰਬਰ ਆ ਹੋਰ ਦੱਸ ਕੀ ਭਾਲਦੀ ਹਾਂ 9.5 ਲੱਖ ਰੁਪਏ ਭਾਜੀ ਡਿਮਾਂਡ ਕਰਦੇ ਆ ਆਓ ਤੁਸੀਂ ਬਾਹਰ ਮਾਨਤਾਂ ਵੀ ਹੋਊਗਾ ਤੁਹਾਡਾ ਬਿਲਕੁਲ ਭਾਜੀ ਖਾਲੀ ਹੱਥ ਨਹੀਂ ਮੋੜਦੇ ਆਪਾਂ ਠੀਕ ਹੈ ਫੇਰ ਆ ਜਾਂਦੀ ਜੀ ਟਾਟਾ ਦੀ ਸਟੌਮ ਟਾਟਾ ਸਟੌਮ ਭਾਜੀ 2014 ਮਾਡਲ ਹੈ ਨੰਬਰ ਜਿਵੇਂ ਤੁਸੀਂ ਦੇਖ ਸਕਦੇ ਹੋ ਆਊਟਰ ਸਟੇਟ ਦਾ ਮੇਰਾ ਨੰਬਰ ਬਹੁਤ ਸੋਹਣਾ ਲੱਗਿਆ ਹੋਇਆ 7000 ਇਹੀ ਚਲਾਉਣਾ ਹੋਵੇ ਬਿਲਕੁਲ ਚਲਾ ਸਕਦਾ ਅਸੀਂ ਅੱਜ ਅਸੀਂ ਲੈ ਕੇ ਦਵਾਂਗੇ ਪਾਰਟੀ ਦੇ ਨਾਮ ਦੀ 2014 ਮਾਡਲ ਹੈ ਨਾਮ ਪਹਿਲੇ ਹੈ ਜੀ ਫੁੱਲ ਇਨਸ਼ੋਰਡ ਗੱਡੀ ਹੈ ਨੰਬਰ ਲਵਾ ਕੇ ਇਹਦੀ ਆਸਕਿੰਗ ਅਸੀਂ 6.5 ਰੱਖੀ ਹੋਈ ਹੈ 6.5 ਲੱਖ ਬਿਲਕੁਲ ਜੀ ਐਡੇ ਟਾਇਰਾਂ ਦੇ ਨਾਲ ਹੀ ਬਿਲਕੁਲ ਬਿਲਕੁਲ ਭਾਜੀ ਐਕਸਟਰਾ ਅਲੋਏ ਟਾਇਰ ਐਕਸਟਰਾ ਨਾਲ ਨੇ ਇੰਟੀਰੀਅਰ ਵੀ ਵਧੀਆ ਕੀ ਡਿਮਾਂਡ ਹੋਣ ਵਾਲੀ ਹੈ ਭਾਜੀ ਇਹਦੀ ਨੰਬਰ ਲਵਾ ਕੇ ਭਾਜੀ 6.5 ਲੱਖ ਰੁਪਏ ਮੰਗਦੇ ਆਪਾਂ 6.5 ਲੱਖ ਦੀ 6.5 ਟਾਟਾ ਸਟਾਰ ਬਿਲਕੁਲ ਮੇਰਾ ਕਹਿੰਦਾ ਨੰਬਰ ਨਾਲ ਉਹ ਨੰਬਰ ਬਹੁਤ ਸੋਹਣਾ ਲੱਗਿਆ ਹੋਇਆ ਡਾਕੂਮੈਂਟੇਸ਼ਨ ਸਲਾਈ ਆ ਬਿਨਾਂ ਨੰਬਰ ਤੋਂ ਜੇ ਤੁਸੀਂ ਕਹਿੰਦੇ ਹੋ ਇੱਕੋ ਮੁੱਲ ਦੱਸ ਦਿੰਦਾ ਤੁਹਾਨੂੰ 5,30,000 ਦੀ ਗੱਡੀ ਲੈ ਜਾਓ ਚੱਕੋ ਭਾਈ ਫੇਰ ਨਾ ਕਿਉਂਕਿ ਹੁਣ ਮਹਿੰਗੀਆਂ ਗੱਡੀਆਂ ਦਿਖਾਉਂਦਾ ਕਮੈਂਟਾਂ ਦੇ ਵਿੱਚ ਤੁਸੀਂ ਕਹਿੰਦੇ ਜੀ ਮਹਿੰਗੀ ਆ ਹੁਣ ਆਹ ਦੇਖੋ ਚੱਕੋ ਸਸਤੀ ਆ ਫੇਰ ਆ ਜਾਂਦੀ ਮਰਸਡੀਜ਼ ਇਹ ਮਰਸਡੀਜ਼ ਆ ਭਾਜੀ ਐਮਐਲ 2011 ਮਾਡਲ ਚੰਡੀਗੜ੍ਹ ਰਜਿਸਟ੍ਰੇਸ਼ਨ ਹੈ ਇਹ ਸੈਕਿੰਡ ਓਨਰ ਕਾਰ ਹੈ ਠੀਕ ਹੈ ਬਹੁਤ ਜਾਇਜ਼ ਰੇਟ ਤੇ ਤੁਹਾਨੂੰ ਦੱਸ ਰਿਹਾ ਮੁੱਲ ਇੱਕੋ ਹੀ ਦੱਸੂਗਾ ਗੱਡੀ ਦਾ ਤੁਸੀਂ ਕਹੋਗੇ ਵਾਜਿਬ ਆ ਗੱਡੀ ਲੈ ਜਾਓ 5.5 ਲੱਖ ਰੁਪਏ 5.5 ਚ ਮਰਸਡੀਜ਼ ਦਾ ਸਵਾਲ ਲਓ ਬਿਲਕੁਲ ਸਵਿਫਟ ਵਾਲੇ ਰੇਟਾਂ ਚ ਓਪਨ ਆ ਜੀ ਗੱਡੀ ਇਲੈਕਟ੍ਰੋਨਿਕ ਸੀਟਸ ਨੇ ਸਾਰੇ ਅੰਦਰ ਹੀ ਦਿੱਤੇ ਹੋਏ ਨੇ ਕੰਟਰੋਲਸ ਇੰਡੀਕੇਟਰ ਵਾਲੀ ਥਾਂ ਤੇ ਤਾਂ ਇਹਨਾਂ ਦਾ ਗੇਅਰ ਦਿੱਤਾ ਮਾਸੜੀ ਵਾਲਿਆਂ ਨੇ ਓਕੇ ਹੱਥਾਂ ਦੇ ਵਿੱਚ ਹੈ ਹੀ ਗੇਅਰ ਪੁਰਾਣੀ ਯਾਦ ਕਰਾ ਦਿੰਦੀ ਹੈ ਭਾਜੀ ਫੀਟ ਵਾਲੀ ਅੱਛਾ ਸਵਾਰ ਬਹੁਤ ਹੈ ਆਟੋਮੈਟਿਕ ਆ ਕੀ ਡਿਮਾਂਡ ਦੱਸੀ ਸੀ ਭਾਜੀ ਭਾਜੀ 5.5 ਲੱਖ ਦੀ ਦੇਣੀ ਹੈ ਬਸ ਆਪਾਂ ਐਮਐਲ ਠੀਕ ਹੈ ਉਹਨੇ ਯਾਰੇ ਐਮਐਲ ਦੇ ਸੁੱਟ ਦੇ ਦਿੱਤੇ ਭਾਜੀ ਓਕੇ ਫੇਰ ਆ ਜਾਂਦੇ ਜੀ ਐਕਸਯੂਵੀ 500 ਬਿਲਕੁਲ ਭਾਜੀ ਐਕਸਯੂਵੀ ਬਲੈਕ ਪੈਂਥਰ ਫਸਟ ਓਨਰ ਸੌਰੀ ਸੈਕਿੰਡ ਓਨਰ ਕਾਰ ਹੈ ਇਹ ਠੀਕ ਹੈ ਸੈਕਿੰਡ ਓਨਰ ਕਾਰ ਆ 90,000 ਚੱਲੀ ਹੈ ਪੂਰੀ ਕਾਰ ਦੇ ਵਿੱਚ ਅਗਲਾ ਪਿਛਲਾ ਬੰਪਰ ਪੇਂਟ ਆ ਭਾਜੀ ਹੋਰ ਕੋਈ ਪੀਸ ਨਹੀਂ ਪੇਂਟ ਗੱਡੀ ਦਾ ਬਾਕੀ ਨਵੀਂ ਹੈ ਬਿਲਕੁਲ ਟਾਇਰ ਵੀ ਨਵੇਂ ਹੀ ਨੇ ਟਾਇਰ ਵੀ ਬਿਲਕੁਲ ਨਵੇਂ ਸੀਟ ਦੇ ਨੇ ਇੰਟੀਰੀਅਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਿਦ ਸਾਗਰੂ ਖਾਲਾ ਵੇਰੀਐਂਟ ਆਇਆ ਦਾ ਭਾਜੀ W10 ਵਾਲਾ ਇਹ ਪੁਸ਼ ਬਟਨ ਸਟਾਰਟ ਆ ਪੁਸ਼ ਬਟਨ ਵਾਲੀ ਹੈ ਭਾਜੀ ਲੋ ਜੀ ਸਨਰੂਫ ਦੇ ਨਿਆਰੇ ਲੋ ਗੱਡੀ ਚਲਾਉਂਦੇ ਚਲਾਉਂਦੇ ਪਹਾੜਾਂ ਦੇ ਵਿੱਚ ਤੇ ਕੀ ਡਿਮਾਂਡ ਹੋਣ ਵਾਲੀ ਹੈ ਭਾਜੀ ਇਹਦੀ ਬਹੁਤ ਜਾਇਜ਼ ਰੇਟ ਰੱਖਿਆ ਭਾਜੀ 8.5 ਲੱਖ ਰੁਪਏ ਆਸਕਿੰਗ ਹੈ 8.5 ਮਾਨਤਾਨ ਹੋ ਜਾਊਗਾ ਮਾਨਤਾਨ ਹਰ ਕਾਸਟ ਦਾ ਉਹ ਜੀ ਗੱਡੀ ਛੱਡਣ ਵਾਲੀ ਨਹੀਂ ਹੈਗੀ ਜਿਹੜਾ ਲਊਗਾ ਲੈ ਯਾਦ ਕਰੂ ਫੇਰ ਲਓ ਜੀ ਸਿੱਖਣ ਵਾਲਿਆਂ ਵਾਸਤੇ ਵੀ ਹੈਗੀ ਆ 올ਡ ਇਜ਼ 골ਡ ਸਿੱਖਣ ਵਾਲਿਆਂ ਵਾਸਤੇ 7.5 ਲੱਖ ਰੁਪਏ ਦੇ ਵਿੱਚ ਗੱਡੀ ਲੈ ਕੇ ਆਇਆ ਭਾਜੀ ਪਹਿਲੇ ਨਾ ਕਾਰ ਹੈ ਜਨ ਡੀਜ਼ਲ ਦੇ ਵਿੱਚ ਹੈ ਨਾਲੇ ਲਓ ਜੀ ਐਵਰੇਜ ਵਾਲੇ ਵੱਟ ਕੱਢ ਦਨੇ ਮੈਂ ਕਹਿੰਦਾ ਭਾਈ ਲੋਕਲ 27-28 ਐਵਰੇਜ ਦੀ ਭਾਈ ਸ਼ਾਬਾਸ਼ ਕੋਈ ਕੀ ਚਾਹੀਦਾ ਆਪਾਂ ਨੂੰ ਐਕਟਿਵਾ ਦੇ ਰੇਟ ਤੇ ਕਾਰ ਮਿਲਦੀ ਪਈ ਆ ਛੱਤ ਆ ਮੀ ਐਕਟਿਵਾ ਵਾਲੀ ਐਵਰੇਜ ਮਿਲਦੀ ਪਈ ਆ ਨਾਲੇ ਭਾਈ ਬੈਸਟ ਪਾਰਟ ਪਤਾ ਕੀ ਆ ਪੇਂਟ ਪੇਂਟ ਦੀ ਸਾਰੀ ਓਰੀਜਨਲ ਆ ਕੋਈ ਬੰਦੇ ਦੀ ਕਾਰ ਆ ਪਹਿਲੇ ਨਾ ਤੇ ਆ ਇੰਸ਼ੋਰੈਂਸ ਫੁੱਲ ਆ ਅੱਛਾ ਪਾਸਿੰਗ ਇਹਦੀ ਹਜੇ ਹੋਣੀ ਆ ਕਿਉਂਕਿ ਟਾਈਮ ਪੀਰੀਅਡ ਹਜੇ ਪਿਆ ਆ ਠੀਕ ਆ ਟਾਈਮ ਤੋਂ ਪਹਿਲਾਂ ਆਪਾਂ ਪਾਸਿੰਗ ਕਰਵਾ ਦੀ ਸਾਲ ਤੇ ਇਹ ਕੀ ਕਿਹਨਾਂ ਮਾਡਲ ਆ 2004 ਮਾਡਲ ਆ 4 ਪਾਵਰ ਸਟੀਅਰਿੰਗ ਵਾਲੀ ਗੱਡੀ ਹੈ ਡੀਆਈ ਕੀ ਡਿਮਾਂਡ ਕਰ ਸਕਦੇ ਹੋ ਲੋਇਲ ਟਾਇਰ ਐਕਸਟਰਾ ਪਵਾਏ ਹੋਏ ਨੇ 7.5 ਲੱਖ ਰੁਪਏ ਭਾਜੀ ਡਿਮਾਂਡ ਕਰਦੇ ਆ ਮਾਨਤਾਨ ਚਾਹਤਾ ਜ਼ਰੂਰ ਕਰਾਂਗੇ ਠੀਕ ਆ ਜੀ ਹੋਰ ਕੀ ਚਾਹੀਦਾ ਬਸ 7.5 ਲੱਖ ਦੇ ਵਿੱਚ ਤੁਹਾਨੂੰ ਮੋਟਰਸਾਈਕਲ ਸਕੂਟਰ ਮਿਲਦਾ ਦਾ ਇਹ ਚ ਗੱਡੀ ਮਿਲਣ ਵਾਲੀ ਆ ਨਾਲੇ ਐਵਰੇਜ ਬਥੇਰੀ ਹੋਣ ਵਾਲੀ ਆ ਮਜ਼ਾ ਆਇਆ इसी के साथ आज की मजदूरी यही खत्म करते हैं अगर तुम्हें वीडियो पसंद आई तो लाइक मारो यार और अगर तुम